ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ। ਹੁਣੇ ਹੁਣੇ ਭਾਰਤ ਵਿੱਚ ਇਹਨਾਂ ਥਾਵਾਂ ਤੇ ਵੱਜੀ ਖਤਰੇ ਦੀ ਘੰਟੀ। ਪਰਮਾਤਮਾ ਭਲੀ ਕਰੇ, ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਗਲੋਬਲ ਵਾਰਮਿੰਗ ਅਤੇ ਹਵਾਈ ਬਦਲਾਅ ਜਿਹੇ ਖਤਰਿਆਂ ਨੇ ਪੂਰੀ ਦੁਨੀਆ ਦੇ ਵੱਡੇ ਖਤਰੇ ਪੈਦਾ ਕੀਤੇ ਹਨ। ਇਹਨਾਂ ਵਿੱਚੋਂ ਇੱਕ ਸਭ ਤੋਂ ਵੱਡਾ ਖਤਰਾ ਸਮੁੰਦਰ ਦੇ ਜਲ ਪੱਧਰ ਵਿੱਚ ਵਾਧੇ ਦਾ ਹੈ, ਜਿਸ ਦੇ ਨਾਲ ਸਮੁੰਦਰੀ ਕੰਢੀ ਇਲਾਕਿਆਂ ਅਤੇ ਦਵੀਪ ਸਮੂਹਾਂ ਦੇ ਵਿੱਚ ਖਤਰੇ ਤੋਂ ਅਣਛੋਹੇ ਨਹੀਂ ਹਨ। ਹਾਲ ਹੀ ਦੇ ਵਿੱਚ ਇੱਕ ਅਧਿਐਨ ਦੇ ਵਿੱਚ ਇਸ ਖਤਰੇ ਨੂੰ ਬਹੁਤ ਕਰੀਬ ਤੋਂ ਮਹਿਸੂਸ ਕੀਤਾ ਗਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਲ ਥਲ ਘਰਾਂ ਦੇ ਵਿੱਚ ਹੋਇਆ ਪਿਆ ਹੈ। ਅਧਿਐਨ ਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਪੱਛਮੀ ਕੰਢੇ ਰੇਖਾ ਦੇ ਨਜ਼ਦੀਕ ਲਕਸ਼ਦੀਪ ਦੇ ਸਮੁੰਦਰ ਤਲ 'ਚੋਂ ਸਾਲਾਨਾ 0.4 mm ਪ੍ਰਤੀ ਸਾਲ ਤੋਂ ਲੈ ਕੇ 0.9 mm ਪ੍ਰਤੀ ਸਾਲ ਦੇ ਦਾਇਰੇ ਦਾ ਵਾਧਾ ਹੋ ਰਿਹਾ। ਆਲਮ ਇਹ ਹੈ ਕਿ ਸਮੁੰਦਰ ਦੇ ਜਲ ਪੱਧਰ ਦੇ ਵਾਧੇ ਨਾਲ ਇਹ ਪੂਰਾ ਦਵੀਪ ਸਮੂਹ ਸੰਵੇਦਨਸ਼ੀਲ ਹਾਲਾਤ ਹਨ। ਲਕਸ਼ਦੀਪ ਨੂੰ ਲੈ ਕੇ ਕੀਤਾ ਗਿਆ ਇਹ ਆਪਣੀ ਤਰ੍ਹਾਂ ਦਾ ਪਹਿਲਾ ਅਧਿਐਨ ਹੈ, ਜਿਸ ਦੇ ਵਿੱਚ ਕਲਾਈਮੇਟ ਮਾਡਲ ਅਨੁਸਾਰ ਭਵਿੱਖ ਦੀ ਤਸਵੀਰ ਦਾ ਇੱਕ ਖਾਕਾ ਖਿੱਚਣ ਦਾ ਯਤਨ ਕੀਤਾ ਗਿਆ ਹੈ। ਇੱਥੇ ਵਿਗਿਆਨੀਆਂ ਨੇ ਅਧਿਐਨ ਕੀਤਾ ਹੈ ਕਿ IIT ਖੜਗਪੁਰ ਦੇ ਵਸਤੂਸ਼ਿਲਪ ਅਤੇ ਖੇਤਰੀ ਨਿਰਯੋਜਨ ਅਤੇ ਮਹਾਂਸਾਗਰ ਅਭਿਆਤਰੀਕੀ ਅਤੇ ਨੌਵਿਹਾਨ ਵਸਤੂਸ਼ਿਲਪ ਦੀ ਸੰਯੁਕਤ ਟੀਮ ਨੇ ਇਹ ਅਧਿਐਨ ਕੀਤਾ। ਇਸ ਅਧਿਐਨ ਦੇ ਲਈ ਭਾਰਤ ਸਰਕਾਰ ਦੇ ਵਿਗਿਆਨੀ ਅਤੇ ਪ੍ਰੌਦਯੋਗਿਕੀ ਵਿਭਾਗ ਦੇ ਅੰਤਰਗਤ ਸੰਚਾਲਿਤ ਹਵਾਈ ਪਰਿਵਰਤਨ ਪ੍ਰੋਗਰਾਮ ਨੇ ਵੀ ਸਹਿਯੋਗ ਕੀਤਾ। ਛੋਟੇ ਦਵੀਪਾਂ ਨੂੰ ਵੱਡਾ ਨੁਕਸਾਨ, ਵਰਣਨਯੋਗ ਹੈ ਕਿ 36 ਦਵੀਪਾਂ ਦਾ ਸਮੂਹ ਲਕਸ਼ਦੀਪ ਨਾ ਤਾਂ ਸਿਰਫ ਆਪਣੀ ਕੁਦਰਤੀ ਸੁੰਦਰਤਾ ਲਈ ਸਗੋਂ ਸਮੁੰਦਰੀ ਜੈਵ ਵਿਵਧਤਾ ਦੇ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਮਹੱਤਵਪੂਰਨ ਹੈ। ਅਧਿਐਨ ਦੇ ਅਨੁਸਾਰ ਸਮੁੰਦਰ ਦੇ ਪੱਧਰ 'ਚ ਵਾਧੇ ਨਾਲ ਲਕਸ਼ਦੀਪ 'ਚ ਚਲੇਟ ਅਤੇ ਅਮੀਨੀ ਜਿਹੇ ਛੋਟੇ ਦਵੀਪਾਂ ਨੂੰ ਬਹੁਤ ਨੁਕਸਾਨ ਹੋਵੇਗਾ। ਕਹਿਣ ਤੋਂ ਪਾਵੇ ਹੈ ਕਿ ਸਮੇਂ ਜਿਵੇਂ ਗਰਮੀ ਵੱਧ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ ਅਤੇ ਪਾਣੀ ਦਾ ਸਤਾਹ ਜਿਹੜਾ ਸਮੁੰਦਰ ਦੇ ਵਿੱਚ ਲਗਾਤਾਰ ਵੱਧਦਾ ਜਾ ਰਿਹਾ, ਜਿਸ ਨਾਲ ਕਿਸੇ ਸਮੇਂ ਵੀ ਦੇਸ਼ ਦੇ ਵਿੱਚ ਹੜ੍ਹ ਆ ਸਕਦੇ ਨੇ। ਧੰਨਵਾਦ।